चल खाओ। अस्सलाम वालेकुम शहजाद डोगर, डोगर मोटर्स ननकाना साहब तो अज माशाल्लाह 23 तरीक है और अज असी अपने भाई दे कोल आए हैं जनाब। कल दे आए हुए हैं कल रात दे, अज सारा दिन असी भाई शेरवली नूं टाइम दिता है और बड़ा मज़ा आया सानूं इत्थे आके। और इहो जे भरा घट मिलदे जे, और मैं एक ग्रुप बनाया जिहड़ा सिर्फ सऊदियां वास्ते, सऊदी अरब जितने मेरे दोस्त है ने, जिन्हें मेरे फैन ने, फॉलोवर ने, जिन्हें मुहब्बत करने वाले जी ने और जिन्होंने मैंने इतने मुहब्बत दी है, या जिन्हें फोन करके भी किया ना कि डोगर साहब वो भी शामिल हो गए, खिदमत शामिल हो गए ने। देखो एक बंदा तुहानू फोन करता है कि डोगर साहब मैं तुहाड़ी खिदमत करनी चाहना, समझ लो उन्हें कर दी है, वो वखरी गल है कि साडे कोलो टाइम नहीं लगा, ओदे कोल नहीं गए, नहीं जाया गया या नहीं ओदे कोल आया गया। कई ऐसे दोस्त ने वो दूर बैठे ने, कोई अपने काम च मसरूफ ने, उन्होंने बड़ी कोशिश की साडे कोल पहुंचण दी, असीं भी बड़ी कोशिश की है कि उन्हां कोल पहुंचीए, लेकिन नहीं पहुंचा गया। असीं जनाब उन्हां कोलों जिहड़ा ना अपना ओह जीदार बंदियां दीआं निशानियां ने, और इहो जिहे जीदार 100 दे विचों ना कोई 10% लोग, बिल्कुल 10% लोग ऐसे ने जिहड़े लोग मुहब्बत करने वाले और चाहत करने वाले ने, और यहोजे लोग नहीं लगते। इस करके एक मैं ग्रुप बनाया छोटा जिहा, उहदे च तकरीबन 47 बंदे ने सऊदी अरब दे विच जिहड़े मेरे तलक वाले, और यहोजे उन्हां लोगों नाल मेरा तलक है कि सारे बड़े जीदार इंसान। 47 तों उहदे नाल नंबर आ गया जिहड़े नंबर मेरे को तकरीबन कोई 90 बंदे ने जिहड़े दे मेरे को नंबर भी आए ने और मेरा तलक है उन्हां नाल। लेकिन उन्हां बंदियां ने जिन्हां मैनूं पुछिया नहीं ना कि इत्थे तूं आया है, ਉਹਨਾਂ ਦੇ ਵਿੱਚ ਐਸੇ ਨੇ ਕੋਈ ਮੇਰੇ ਰਿਸ਼ਤੇਦਾਰ ਵੀ ਹੈ ਨੇ, ਆਓ ਜੀ, ਹਾਂਜੀ ਉਹਨਾਂ 'ਚ ਐਸੇ ਲੋਕ ਵੀ ਹੈ ਨੇ ਜਿਹੜੇ ਮੇਰੇ ਅਜ਼ੀਜ਼ ਨੇ। ਕਿਉਂ ਦੇਖੋ ਚੀਜ਼ ਆਉਂਦੀ ਹੈ, ਇਹ ਲੋਕ ਮੈਨੂੰ ਰਿਸ਼ਤੇਦਾਰਾਂ ਨਾਲੋਂ ਵੱਧ ਨੇ, ਸਕੇ ਭਰਾਵਾਂ ਨਾਲੋਂ ਵੱਧ ਨੇ, ਕਿ ਜਿਨ੍ਹਾਂ ਲੋਕਾਂ ਨੇ ਇਹੋ ਜਿਹੇ ਲੋਕ, ਮੈਂ ਤੁਹਾਨੂੰ ਗੱਲ ਕੀਤੀ 100 ਦੇ ਵਿੱਚੋਂ 10% ਲੋਕ ਨੇ ਜਿਹੜੇ ਮਹਿਮਾਨ ਨਵਾਜ਼ ਨੇ, ਔਰ ਇਸ ਗਰੁੱਪ ਦੇ ਵਿੱਚ ਉਹ ਬੰਦੇ ਨੇ ਜਿਹੜੇ ਮਹਿਮਾਨ ਨਵਾਜ਼ ਨੇ, ਔਰ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ। ਮੇਰਾ ਅੱਜ ਰਾਤ ਜਿੰਨਾ ਕੁ ਤੁਸੀਂ ਕੀਤਾ ਅਤੇ ਇਨਸ਼ਾਅੱਲਾ ਮੈਂ ਅੱਲਾਹ ਦੇ ਹੁਕਮ ਦੇ ਨਾਲ ਮੈਂ ਇਹ ਤੁਹਾਨੂੰ ਪਤਾ ਲੱਗੇਗਾ ਕਿ ਵਾਕਿਆ ਕਿਸੇ ਭਰਾ ਦੇ ਨਾਲ ਅਸੀਂ ਤਲਕ ਬਣਾਇਆ, ਔਰ ਇਨਸ਼ਾਅੱਲਾ ਅੱਲਾਹ ਦੇ ਹੁਕਮ ਦੇ ਨਾਲ ਅਸੀਂ ਖਾਨਦਾਨੀ ਆਦਮੀ ਹਾਂ, ਔਰ ਸਾਨੂੰ ਪਤਾ ਲੱਗ ਜਾਂਦਾ ਬੰਦਾ ਕਿਹੜਾ ਕਿੰਨੇ ਕੁ ਯੋਗ ਹੈ, ਗੱਲ ਤੋਂ ਪਤਾ ਲੱਗ ਜਾਂਦਾ। ਇਹ ਖਾਣ ਪੀਣ ਦੀ ਨਾ ਮੈਨੂੰ ਕੋਈ ਕਮੀ ਹੈ ਅਤੇ ਨਾ ਤੁਹਾਨੂੰ ਕੋਈ ਕਮੀ ਹੈ, ਬੜਾ ਹੀ ਅੱਲਾਹ ਤਾਲਾ ਦਾ ਦਿੱਤਾ ਹੋਇਆ ਸਾਰਾ ਕੁਝ ਹੈਗਾ, ਉਹ ਤੁਹਾਨੂੰ ਵੀ ਪਤਾ ਅਤੇ ਮੈਨੂੰ ਵੀ ਪਤਾ, ਸਿਰਫ ਗੱਲ ਇੱਕ ਚਾਹਤ ਇੱਕ ਮੁਹੱਬਤ ਦਿਲ ਨਾਲ ਹੁੰਦੀ ਹੈ, ਇਹ ਹਰ ਇਨਸਾਨ ਨਹੀਂ ਕਰ ਸਕਦਾ। ਹਰ ਇਨਸਾਨ ਹਰ ਬੰਦਾ ਪੈਸੇ ਨੂੰ ਤਰਜੀਹ ਦਿੰਦਾ, ਬੰਦੇ ਨੂੰ ਤਰਜੀਹ ਨਹੀਂ ਦਿੰਦਾ। ਇਸ ਗਰੁੱਪ 'ਚ ਉਹ ਬੰਦੇ ਨੇ ਕਿ ਜਿਹੜੇ ਪੈਸੇ ਨੂੰ ਤਰਜੀਹ ਨਹੀਂ ਦਿੰਦੇ, ਬੰਦੇ ਨੂੰ ਤਰਜੀਹ ਦਿੰਦੇ ਨੇ, ਔਰ ਇਹ ਬੰਦਿਆਂ ਦੇ ਨਾਲ ਤਲਕ ਬਣਾਓ ਜਿੰਨਾ ਬਣਾ ਸਕਦੇ ਹੋ। ਇਨਸ਼ਾਅੱਲਾ ਇਹਨਾਂ ਬੰਦਿਆਂ 'ਚੋਂ ਜਿਹੜਾ ਬੰਦਾ ਵੀ ਚੁਗੋਗੇ ਤੁਹਾਨੂੰ ਪੂਰਾ ਭਾਈ ਔਰ ਓਨੈਸਟ ਬੰਦਾ ਨਜ਼ਰ ਆਏਗਾ, ਜਿਵੇਂ ਡੋਗਰ ਹੈ। ਅੱਲਾਹ ਦੇ ਹੁਕਮ ਦੇ ਨਾਲ ਜਿੰਦੇ ਵਾਸਤੇ ਰਹੋ, ਖੁਸ਼ ਰਹੋ, ਬਾਦ ਰਹੋ, ਅਤੇ ਔਰ ਦੁਆਵਾਂ ਯਾਦ ਰੱਖਿਆ ਜੇ, ਵਧੀਆ ਦਵਾਵਾਂ ਮੇਰੇ ਭਰਾ ਲਈ ਕਰਨੀਆਂ ਨੇ, ਜਿਹੜਾ ਵੀ ਯਾਰ ਦੋਸਤ ਆਫਰ ਸੁਣ ਲਓ ਭਾਈ ਸ਼ੇਰ ਅਲੀ ਜਿੰਨੀਆਂ ਚੁਣ ਸਕਦੇ ਲੈ ਜਾਵੇ ਅਲ ਗਸੀਨ ਦੇ ਵਿੱਚ, ਇਹਨਾਂ ਦਾ ਆਪਣਾ ਬਾਗ ਏ 80 ਕਿੰਨੀਆਂ 80 ਖਜੂਰ ਨਹੀਂ 8000 8000 ਖਜੂਰ ਦਾ ਬਾਗ ਏ ਜਿਹੜਾ ਇਹਨਾਂ ਨੇ ਠੇਕੇ ਤੇ ਲਿਆ ਹੋਇਆ। ਗੱਲ ਕਰਨ ਦਾ ਮਤਲਬ ਹਰ ਤਰ੍ਹਾਂ ਦੀ ਵੈਰਾਈਟੀ ਇਹਨਾਂ ਦੇ ਕੋਲ ਏ, ਹਰ ਖਜੂਰ ਦਾ ਆਪਣਾ ਜ਼ਾਇਕਾ ਹੈ, ਔਰ ਉਹਨਾਂ ਦਾ ਐਲਾਨ ਏ ਕਿ ਜਿਤਨੇ ਤੁਹਾਡੇ ਦੋਸਤ ਨੇ ਡੋਗਰ ਸਾਹਿਬ ਤੁਹਾਡੇ ਭਰਾ ਨੇ, ਮੇਰੇ ਵੀ ਭਰਾ ਨੇ, ਮੇਰੇ ਕੋਲ ਆਉਣ, ਆਪਣੇ ਹੱਥਾਂ ਨਾਲ ਤੋੜਨ ਜਿੰਨੀਆਂ ਤੋੜ ਸਕਦੇ ਨੇ। ਉਹ ਜਿਵੇਂ ਉਹ ਇੱਕ ਆਪਣਾ ਨਵਾਬ ਸੀ ਨਾ, ਬਾਦਸ਼ਾਹ ਸੀ ਸਾਡੇ ਨਨਕਾਣਾ ਸਾਹਿਬ, ਆਪਣਾ ਬਲਾਰ ਭੱਟੀ ਸਾਹਿਬ, ਉਹਨਾਂ ਨੇ ਜਨਾਬ ਕਿਹਾ ਕਿ ਜਿੰਨਾ ਘੋੜਾ ਬਾਬੇ ਗੁਰੂ ਨਾਨਕ ਕੋਲ ਭਜਾਇਆ ਜਾਂਦਾ ਭਜਾਲ ਵਿੱਚ, ਇੱਥੇ ਤੱਕ 750 ਮੁਰੱਬਾ ਉਹਨਾਂ ਨੇ ਆਉਂਦੀ। ਗੱਲ ਕਰਨ ਦਾ ਮਕਸਦ ਜਿੰਨਾ ਕੁ ਤੋੜ ਸਕਦੇ ਹੋ ਆਪ ਹੀ ਤੋੜ ਕੇ ਲੈ, ਜਿੰਨੀ ਤੋੜ ਸਕਦੇ ਹੋ ਤੋੜ ਲਓ। ਆਓ ਇੱਥੇ ਅਲ ਗਸੀਮ ਦੇ ਵਿੱਚ, ਤੁਹਾਡਾ ਆਪਣਾ ਬਾਗ ਏ ਤੇ ਖਿਦਮਤ ਵੀ ਤੁਹਾਡੀ ਪੂਰੀ ਹੋਏਗੀ, ਪੀਰਾਂ ਦੀ ਵੀ ਨਹੀਂ ਹੋਏਗੀ ਜਿਵੇਂ ਤੁਹਾਡੀ ਹੋਏਗੀ। ਮਿਹਰਬਾਨੀ, ਜਿੰਦੇ ਵਾਸਤੇ ਰਹੋ, ਖੁਸ਼ ਰਹੋ ਤੇ ਬਾਦ ਰਹੋ।